ਕਿਸਾਨਾਂ ਨੂੰ ਇੰਟਰਟੇਨ ਕਰਨ ਦੇ ਲਈ ਕਿ ਉਹਨਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗੇ। ਯੂਨੀਵਰਸਿਟੀ ਵਿਖੇ ਜਿਹੜਾ ਹੈਗਾ ਲੱਗਿਆ ਹੋਇਆ, ਔਰ ਅਸੀਂ ਇੱਥੇ ਦੇਖ ਰਹੇ ਹਾਂ ਕਿ ਕਿਸਾਨ ਮੇਲਾ ਲੱਗਿਆ ਲੁਧਿਆਣੇ, ਲੇਕਿਨ ਲਾਲੀ ਜਿਹੜਾ ਕਿ ਮਲੇਰਕੋਟਲਾ ਬੀਜ ਸਟੋਰ ਦਾ ਇੱਕ ਐਸਾ ਕਿਸਾਨ ਆ ਜਿਹਨੇ ਅੱਜ ਤੱਕ ਬੀਜਾਂ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ, ਔਰ ਤੁਸੀਂ ਹਰੇਕ ਸਾਲ ਸਾਨੂੰ ਇੱਥੇ ਮੇਲੇ 'ਤੇ ਮਿਲਦੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਬਾਈ, ਜਿੰਨੀ ਜਾਣਕਾਰੀ ਹੈ ਨਾ ਤੂੰ ਸਾਨੂੰ ਮਿਲਦੀ ਹੈ ਉਨੀ ਸਾਨੂੰ ਮੇਲੇ ਤੋਂ ਨਹੀਂ ਮਿਲਦੀ। ਔਰ ਕਿੱਦਾਂ ਦਾ ਬੀਜ ਤੁਹਾਨੂੰ ਦਿੰਦੇ ਆ, ਔਰ ਅਗਰ ਕੋਈ ਕਦੇ ਪ੍ਰੋਬਲਮ ਆ ਵੀ ਜਾਵੇ ਖੁਦਾ ਨਾ ਖਾਸਤਾ, ਫਿਰ ਸਾਨੂੰ ਇਹ ਕਰਦੇ ਆ ਆਪਦਾ ਸਪੋਰਟ ਕਰਦੇ, ਉਸਦੇ ਵਿੱਚ ਕੋਈ ਵੀ ਜ਼ਰੂਰ ਨਹੀਂ, ਸਾਨੂੰ ਦਿੱਕਤ ਆਉਂਦੀ ਅਸੀਂ ਪੁੱਛਦੇ ਸਾਨੂੰ ਦੱਸਦੇ। ਪਰ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਦਾ ਆਪਦਾ ਆਪ ਬੀਜ ਕੇ ਪਹਿਲਾਂ ਉਹਨੂੰ ਦੇਖਦੇ ਆ ਕਿ ਉਹਦੀ ਯੀਲਡ ਕੀ ਹੈ, ਇਹ ਵੀ ਸਭ ਤੋਂ ਵੱਡੀ ਗੱਲ ਹੈ ਵੀ ਜਿਹਦੇ ਨਾਲ ਰਿਜ਼ਲਟ ਵਧੀਆ ਹੁੰਦੇ। ਹਾਂਜੀ, ਇਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਬੀਜ ਆਪਦਾ ਤਿਆਰ ਕਰਕੇ ਪਹਿਲਾਂ ਵੇਖਦੇ ਆ ਅਤੇ ਐਕਸਪੈਰੀਮੈਂਟ ਕਰਦੇ ਆ ਫਿਰ ਸਾਨੂੰ ਦਿੰਦੇ। ਵੀਰ ਜੀ, ਤੁਸੀਂ ਵੀ ਇੱਕ ਸਮਾਰਟ ਜਿਹੇ ਬੋਆਏ ਔਰ ਪੂਰੇ ਇੱਥੇ ਦੇਖ ਰਹੇ ਹਾਂ ਅਸੀਂ, ਲੈਣ ਆਏ ਹੋ, ਕੀ ਕਹਿਣਾ ਚਾਹੋਗੇ? ਮੈਂ ਬਠਿੰਡੇ ਤੋਂ ਆਇਆ ਜੀ, ਸਪੈਸ਼ਲ ਗੋਭੀ ਦੀ ਪਨੀਰੀ ਲੈਣ ਵਾਸਤੇ ਆਇਆ। ਮੈਂ ਸਾਰੀਆਂ ਨਰਸਰੀਆਂ 'ਚ ਫਿਰ ਕੇ ਦੌਰਾ ਕੀਤਾ, ਪਰ ਜਿਹੋ ਜਿਹੇ ਇੱਥੇ ਮੈਨੂੰ ਸੀਡ ਮਿਲਿਆ ਅਤੇ ਪੌਦਾ ਜਿਹੜਾ ਪੂਰਾ ਮਤਲਬ ਗਰੋਥ ਕੀਤੀ ਹੋਈ ਹੈ ਪੌਦੇ ਨੇ, ਵਧੀਆ ਸਟਰੋਂਗ ਆ ਪੌਦਾ, ਇਸ ਕਰਕੇ ਮੈਂ ਅੱਜ ਪੂਰਾ 150 ਕਿਲੋਮੀਟਰ ਤੋਂ ਚੱਲ ਕੇ ਸਪੈਸ਼ਲ ਲਾਲੀ ਜੀ ਦੀ ਦੁਕਾਨ 'ਤੇ ਆਇਆ ਬੀਜ ਲੈਣ ਵਾਸਤੇ। ਅਤੇ ਇਹਨਾਂ ਨਾਲ ਇੱਥੇ ਗੱਲਾਂ ਕਰਕੇ ਇਹ ਪਤਾ ਲੱਗਿਆ ਵੀ ਪੂਰੇ ਪੰਜਾਬ ਦੇ ਵਿੱਚ ਨਹੀਂ, ਮਤਲਬ ਅਦਰ ਸਟੇਟ ਦੇ ਵਿੱਚ ਵੀ ਇਹਨਾਂ ਦਾ ਜਾਲ ਵਿਛਿਆ ਹੋਇਆ ਅਤੇ ਪੂਰੀ ਵਧੀਆ ਕਿਸਾਨਾਂ ਦੇ ਨਾਲ ਟਾਈ ਅਪ ਰਹਿੰਦੇ ਆ। ਜੇ ਕਿਸੇ ਨੂੰ ਜਾਣਕਾਰੀ ਦੀ ਲੋੜ ਹੈ ਤਾਂ ਇਹ ਹਮੇਸ਼ਾ ਹੀ ਮਤਲਬ ਰਾਤ ਵੀ ਮੇਰੀ 10 ਵਜੇ ਫੋਨ 'ਤੇ ਗੱਲ ਹੋਈ ਅਤੇ ਹੁਣ ਵੀ ਇਹ ਵਾਰ ਵਾਰ ਇਹੀ ਕਹਿ ਰਹੇ ਆ ਵੀ ਜਦੋਂ ਮਰਜ਼ੀ ਜਿਹੜੀ ਚੀਜ਼ ਦੀ ਮਰਜ਼ੀ ਜਾਣਕਾਰੀ ਲਓ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਲੇਰਕੋਟਲਾ ਬੀਜ ਸਟੋਰ ਜਾਓ, ਕੀ ਕਹਿਣਾ ਚਾਹੋਗੇ? ਯੂਨੀਵਰਸਿਟੀ ਦੇ ਵਿੱਚ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਿਆ, ਬਾਕੀ ਇੱਥੋਂ ਬੀਜ ਲੈਂਦੇ ਆ ਮਾਮਾ ਜੀ ਪਹਿਲਾਂ ਤੋਂ, ਅਤੇ ਅਸੀਂ ਵੀ ਹੁਣ ਇਸ ਤਰ੍ਹਾਂ ਬੀਜ ਲੈ ਕੇ ਜਾਵਾਂਗੇ ਅਤੇ ਅੱਗੇ ਦੇਖਾਂਗੇ। ਬਹੁਤ ਵਧੀਆ ਚੀਜ਼ ਇਹਨਾਂ ਦਾ ਬੀਜ ਵਗੈਰਾ, ਬਹੁਤ ਵਧੀਆ, ਮਤਲਬ ਗਾਹ ਪੀੜ੍ਹੀਆਂ ਦੇ ਪੀੜ੍ਹੀਆਂ ਜਿਹੜੀਆਂ ਰਾਲੀ ਲਾਲੀ 'ਤੇ ਆ ਰਹੀਆਂ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਜਾਵਾਂਗੇ ਜੀ। ਵੀ ਤੁਹਾਡਾ ਦਿਲ ਦਾ ਜਿਹੜਾ ਕੌਨਫੀਡੈਂਸ ਆ ਵਧੀਆ ਰਹਿੰਦਾ ਇੱਥੇ ਆ ਕੇ, ਤੁਹਾਨੂੰ ਆਉਣ ਤਾਂ ਨਹੀਂ ਟੈਨਸ਼ਨ ਹੁੰਦੀ ਵੀ ਪਤਾ ਨਹੀਂ ਬੀਜ ਲੈ ਕੇ ਪਤਾ ਨਹੀਂ ਉੱਗੂਗਾ ਕਿ ਨਹੀਂ ਉੱਗੂਗਾ? ਨਹੀਂ ਨਹੀਂ, ਪੂਰਾ ਵਿਸ਼ਵਾਸ ਹੈ। ਕਿੰਨੇ ਦੇਰ ਦੇ ਤੁਹਾਡੇ ਮਤਲਬ ਤੁਸੀਂ ਆ ਰਹੇ ਹੋ ਇਹਨਾਂ ਫੈਮਿਲੀ ਦੇ? 4-5 ਸਾਲ ਹੋ ਗਏ। ਔਰ ਕੀ ਸੋਚਦੇ ਹੋ ਜਿਹੜੇ ਅਜੇ ਕਿਸਾਨ ਮੇਲੇ ਜਿਹੜੇ PAU ਨੇ, ਇਹ ਬਹੁਤ ਵੱਡਾ ਉਪਰਾਲਾ ਕਰਦੀ ਹੈ PAU, ਜਿਹਦੇ ਨਾਲ ਲੋਕਾਂ ਨੂੰ ਟੱਚ ਕਰਦੀ ਹੈਗੀ ਆ, ਲੋਕਾਂ ਨੂੰ ਉੱਥੇ ਬੁਲਾ ਕੇ, ਕਿਉਂਕਿ ਆਪਾਂ ਨੂੰ ਨਹੀਂ ਤਾਂ ਜਾਣਾ ਪੈਂਦਾ, ਲੇਕਿਨ PAU 'ਤੇ ਜਿਹੜਾ ਆ ਜਾਵੇ ਉੱਥੇ ਆਪ ਟੱਚ ਕਰਦੇ, ਆਪਣੇ ਸਟਾਲ ਦੇ ਲੋਕ ਲਾਉਂਦੇ ਆ। ਹਾਂਜੀ, ਵਧੀਆ ਮਤਲਬ ਚੀਜ਼ ਕਰ ਰਿਹਾ PAU। ਹਾਂਜੀ, ਬਹੁਤ ਵਧੀਆ ਜੀ। ਲਾਲੀ ਜੀ, ਹਾਂਜੀ, ਮਲੇਰਕੋਟਲਾ ਬੀਜ ਸਟੋਰ ਜਿਹੜਾ ਕਿ ਕੇਵਲ ਪੰਜਾਬ ਹਿੰਦੁਸਤਾਨ 'ਚ ਨਹੀਂ ਬਲਕਿ ਵਰਲਡ ਦਾ ਜਿਹੜਾ ਹੈਗਾ ਇੱਕ ਬ੍ਰਾਂਡ ਬਣ ਚੁੱਕਿਆ ਹੈਗਾ ਜੀ। ਅੱਜ ਅਸੀਂ ਦੇਖ ਰਹੇ ਹਾਂ ਕਿ ਲੋਕ 250-250 ਕਿਲੋਮੀਟਰ ਤੋਂ 500-500 ਕਿਲੋਮੀਟਰ ਤੋਂ ਆਉਂਦੇ ਨੇ, ਔਰ ਮਤਲਬ ਉਹਨਾਂ ਨੂੰ ਇੰਨਾ ਕੁ ਵਿਸ਼ਵਾਸ ਹੈ ਇਸ ਚੀਜ਼ ਦੇ ਉੱਪਰ ਵੀ ਜੇ ਲਾਲੀ ਕੋਲ ਚਲੇ ਗਿਆ ਤਾਂ ਵਧੀਆ ਚੀਜ਼ ਮਿਲੂ। ਕੀ ਕਹਿਣਾ ਚਾਹੋਗੇ? ਕਿਸਾਨ ਮੇਲੇ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਜਿਹੜਾ ਹੈਗਾ ਐਗਰੀਕਲਚਰ ਯੂਨੀਵਰਸਿਟੀ 'ਚ ਲੱਗਾ ਹੋਇਆ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੀਆਂ ਨੂੰ ਆਖਦਾ ਕਿ ਜਿੰਨੇ ਵੀ ਆਪਣੇ ਮੇਰੇ ਦੋਸਤ ਕਿਸਾਨ ਵੀਰ ਹੈ, ਅਤੇ ਇਹਨਾਂ ਨੂੰ ਸਭ ਤੋਂ ਵਧੀਆ ਚੰਗੀ ਕੁਆਲਿਟੀ ਦਾ ਬੀਜ ਦੇਈਦਾ, ਔਰ ਚੰਗੀ ਸਲਾਹ ਦੇਈਦੀ ਹੈ, ਚੰਗੀ ਸਪਰੇ ਬਾਰੇ ਜਾਣਕਾਰੀ ਦੇਈਦੀ ਹੈ, ਆਪਣੇ ਫਾਰਮ 'ਤੇ ਵਰਾਇਟੀ ਨੂੰ ਟੈਸਟ ਕਰੀਦਾ, ਟੈਸਟ ਕਰਨ ਤੋਂ ਬਾਅਦ ਹੀ ਵਰਾਇਟੀ ਨੂੰ ਪਾ ਕੇ ਦਿੰਦੇ ਹਾਂ। ਜਿਵੇਂ ਕਿ ਫੁੱਲ ਗੋਭੀ ਹੈ, ਬੰਦ ਗੋਭੀ ਹੈ, ਟਮਾਟਰ ਹੈ, ਮਿਰਚ ਹੈ, ਪਿਆਜ਼ ਹੈ, ਜਾਂ ਹੋਰ ਵੀ ਕਿਸੇ ਕਿਸਮ ਦੀ ਪਨੀਰੀ ਹੈ, ਆਪਾਂ ਆਪਣੇ ਫਾਰਮ 'ਤੇ ਉਹਨੂੰ ਤਿਆਰ ਕਰਕੇ ਦਿੰਦੇ ਹਾਂ। ਲਾਲੀ ਦੂਰੋਂ ਦੂਰੋਂ ਵੀਰਾਂ ਦਾ ਆਇਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਲਾਲੀ ਵੀਰ ਜੀ, ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਤੁਹਾਡੇ ਨਾਮ ਦੇ ਉੱਤੇ ਕਿ ਮਲੇਰਕੋਟਲਾ ਬੀਜ ਸਟੋਰ ਵਾਲੇ ਹਾਂ ਅਸੀਂ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਮੇਨ ਅਸਲੀ ਹੈੱਡ ਜਿਹੜਾ ਹੈਗਾ ਆਫਿਸ, ਉਹ ਆਪਣਾ ਮੁੱਲਾਪਰੀ ਹੈ ਜੀ, ਆਪਣੀ ਹੋਰ ਕਿਤੇ ਕੋਈ ਵੀ ਬ੍ਰਾਂਚ ਨਹੀਂ ਹੈਗੀ, ਸਾਡੇ ਨਾਮ 'ਤੇ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਠੱਗੀ ਮਾਰਦੇ ਆ। ਮਤਲਬ ਜਿਹੜਾ ਮਲੇਰਕੋਟਲਾ ਬੀਜ ਸਟੋਰ ਅਸਲੀ ਇਹੀ ਆ, ਔਰ ਮੁੱਲਾਪਰੀ ਹੈ ਜੀ ਆਪਣਾ, ਔਰ ਜਿਹਨੇ ਵੀ ਆਉਣਾ ਤੇ ਆ ਕੇ ਵਿਜ਼ਿਟ ਕਰੇ, ਮੁੱਲਾਪਰੀ ਆਵੇ ਆਪਣੇ, ਜੋ ਵੀ ਪਨੀਰੀ ਲੈਣੀ ਆ ਆਪਣੇ ਫਾਰਮ ਤੋਂ ਤਾਜ਼ੀ ਦੀ ਤਾਜ਼ੀ ਹੀ ਪਨੀਰੀ ਆਪਾਂ ਪੱਟ ਕੇ ਦੇਵਾਂਗੇ।